ਦੋਸਤੋ ਪੰਜਾਬ ਪੁਲਿਸ ਭਰਤੀ 2022 ਦੇ ਰਿਗਾਰਡਿੰਗ ਕਾਫੀ ਫੇਕ ਨੋਟੀਫਿਕੇਸ਼ਨ ਜਾਰੀ ਹੋ ਰਹੇ ਨੇ। ਤੁਸੀਂ ਕਿਸੇ ਤੇ ਵੀ ਬਿਲੀਵ ਨਹੀਂ ਕਰਨਾ, ਜਸਟ ਇਹ ਅਫਵਾਹਾਂ ਨੇ। ਐਂਡ ਆਫੀਸ਼ੀਅਲੀ ਸਾਈਟ ਵੱਲੋਂ ਸਿਰਫ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਉਹ ਮੈਂ ਤੁਹਾਨੂੰ ਦਿਖਾ ਦਿੰਦਾ। ਕਿਹੜਾ ਇਹ ਨੋਟੀਫਿਕੇਸ਼ਨ ਆ ਦੋਸਤੋ, ਇੱਥੇ ਆਪਾਂ ਦੇਖ ਸਕਦੇ ਹਾਂ। ਪੰਜਾਬ ਪੁਲਿਸ ਭਰਤੀ ਦੇ ਰਿਗਾਰਡਿੰਗ 10,000 ਟੋਟਲ ਵੈਕੈਂਸੀਜ਼, 14 ਨੰਬਰ 'ਤੇ ਇਹਨਾਂ ਨੇ ਗਰੁੱਪ ਸੀ ਦੀਆਂ ਲਿਖੀਆਂ ਹੋਈਆਂ ਨੇ। ਤਾਂ ਇਹ ਨੋਟੀਫਿਕੇਸ਼ਨ ਆ ਚੁੱਕਿਆ ਹੈ, ਜਸਟ ਇਹ ਰੀਅਲ ਨੋਟੀਫਿਕੇਸ਼ਨ ਹੈ। ਇਸ ਤੋਂ ਇਲਾਵਾ 2-3 ਹੋਰ ਯੂਟਿਊਬ 'ਤੇ ਲੋਕ ਵੀਡੀਓ ਬਣਾ ਰਹੇ ਨੇ ਉਸਦੇ ਰਿਗਾਰਡਿੰਗ, ਜਸਟ ਸਿੰਪਲ ਫੇਕ ਹੈ ਉਹ। ਹੁਣ ਕਾਫੀ ਬੱਚਿਆਂ ਦੇ ਮਨ ਵਿੱਚ ਇਹ ਸਵਾਲ ਆਵੇਗਾ ਅਤੇ ਕਮੈਂਟ ਵੀ ਕਰਨਗੇ, ਇਹ ਭਰਤੀ ਆਖਿਰ ਕਦੋਂ ਰਿਲੀਜ਼ ਹੋਵੇਗੀ। ਸਿੰਪਲ ਜੀ ਗੱਲ ਹੈ, ਮਾਇੰਡ ਵਿੱਚ ਸੈੱਟ ਕਰ ਲਓ, ਜਦੋਂ ਤੱਕ ਕੋਂਸਟੇਬਲ 2021 ਦੀ ਭਰਤੀ ਦੇ ਜੋਇਨਿੰਗ ਲੈਟਰ ਪ੍ਰੋਵਾਈਡ ਨਹੀਂ ਕਰਾਉਂਦੇ, ਉਦੋਂ ਤੱਕ ਇਹ ਭਰਤੀ ਨਹੀਂ ਆਉਂਦੀ। ਐਂਡ 2021 ਦੀ ਜਿਹੜੀ ਕੋਂਸਟੇਬਲ ਦੀ ਭਰਤੀ ਆਈ ਸੀ, ਉਸਦੇ ਜੋਇਨਿੰਗ ਲੈਟਰ ਲਗਭਗ ਸਾਰਾ ਹੀ ਕੰਮ ਨਿਬੜ ਚੁੱਕਿਆ ਹੈ। ਲਗਭਗ ਜੋਇਨਿੰਗ ਲੈਟਰ ਵੀ ਆਉਣ ਵਾਲੇ 7-8 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਪ੍ਰੋਵਾਈਡ ਕਰਵਾ ਦੇਣਗੇ। ਉਸ ਤੋਂ ਬਾਅਦ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ, 23 ਤਰੀਕ ਕਾਫੀ ਫੇਮਸ ਹੋ ਰਹੀ ਹੈ, ਮਤਲਬ ਕਿ ਕਾਫੀ ਸੁਣਨ ਨੂੰ ਆ ਰਹੀ ਹੈ ਕਿ 23 ਤਰੀਕ ਤੱਕ ਹੈ, ਮਤਲਬ 5ਵੇਂ ਮਹੀਨੇ ਦੀ 23 ਤਰੀਕ ਤੱਕ ਇਹ ਭਰਤੀ ਦੀ ਨੋਟੀਫਿਕੇਸ਼ਨ ਆ ਜਾਵੇਗੀ। ਆਫੀਸ਼ੀਅਲ ਵੈਬਸਾਈਟ 'ਤੇ ਆਵੇਗੀ, punjabpolice.gov.in 'ਤੇ, ਅਤੇ ਫਿਰ ਆਪਾਂ ਇਸ ਪੋਸਟ ਨੂੰ ਅਪਲਾਈ ਕਰ ਸਕਾਂਗੇ। ਇਹ ਟਾਈਮ ਹੈ ਜਿਹੜਾ ਆਪਾਂ ਨੂੰ ਸਿਰਫ ਵੇਟ ਕਰਨੀ ਨਹੀਂ ਹੈ ਕਿ ਕਦੋਂ ਭਰਤੀ ਆਵੇਗੀ, ਫਿਰ ਮੈਂ ਤਿਆਰੀ ਸਟਾਰਟ ਕਰਾਂਗਾ, ਹੈ ਨਾ, ਫਿਰ ਸਿਲੇਬਸ ਬਾਰੇ ਪਤਾ ਕਰਾਂਗਾ, ਫਿਰ ਬੁੱਕ ਖਰੀਦਾਂਗਾ। ਇਹ ਸਾਰੀਆਂ ਚੀਜ਼ਾਂ ਛੱਡ ਦਿਉ, ਤੁਸੀਂ ਤਿਆਰੀ ਤੁਸੀਂ ਹੁਣ ਤੋਂ ਸਟਾਰਟ ਕਰਨਾ ਸ਼ੁਰੂ ਕਰ ਦਿਉ। ਅਤੇ ਕੁਝ ਬੱਚਿਆਂ ਨੂੰ ਹਾਲੇ ਤੱਕ ਸਿਲੇਬਸ ਅਤੇ ਬੁੱਕ ਬਾਰੇ ਜਾਣਕਾਰੀ ਨਹੀਂ ਹੈ। ਦੇਖੋ ਦੋਸਤੋ, ਸਿਲੇਬਸ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ, 70% ਜਿਹੜਾ ਸਿਲੇਬਸ 2021 ਦੇ ਸਿਲੇਬਸ ਨਾਲ ਹੀ ਮੈਚ ਕਰੇਗਾ। ਇਸਦਾ ਸਕਰੀਨਸ਼ੋਟ ਲੈ ਲਓ, ਜੇ ਤੁਹਾਡੇ ਕੋਲ ਨਹੀਂ ਹੈ ਜਾਂ ਇਸ ਨੂੰ ਰਾਈਟ ਡਾਊਨ ਕਰ ਲਓ। ਜਨਰਲ ਨੌਲੇਜ ਦੇ 35 ਨੰਬਰ ਦਾ ਪੇਪਰ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਸੀ, ਇਹ ਘਟਾ ਵਧਾ ਕੇ 40 ਤੋਂ ਲੈ ਕੇ 50 ਨੰਬਰਾਂ ਦੀ ਆ ਸਕਦੀ ਹੈ। ਇਸ ਤੋਂ ਇਲਾਵਾ ਮੈਥਮੈਟਿਕ ਦੀ ਹੈ 20 ਨੰਬਰਾਂ ਦੀ ਆਈ ਸੀ, ਅਤੇ ਮੈਂਟਲ ਐਬਿਲਿਟੀ ਅਤੇ ਰੀਜ਼ਨਿੰਗ ਹੈ ਇਹ 20 ਨੰਬਰਾਂ ਦੀ ਆਈ ਸੀ। ਇਸ ਤੋਂ ਇਲਾਵਾ ਇੰਗਲਿਸ਼ ਅਤੇ ਪੰਜਾਬੀ ਸਕਿੱਲਸ 10 ਨੰਬਰਾਂ ਦੀ ਆਈ ਸੀ, ਅਤੇ 10 ਨੰਬਰ ਦੀ ਹੀ ਪੰਜਾਬੀ ਆਈ ਸੀ। ਐਂਡ ਡਿਜੀਟਲ ਲਿਟਰੇਸੀ, ਜਿਸ ਰਿਗਾਰਡਿੰਗ ਕਾਫੀ ਕਲਾਸਿਸ ਆਲਰੇਡੀ ਮੈਂ ਆਪਣੇ ਚੈਨਲ 'ਤੇ ਪ੍ਰੋਵਾਈਡ ਕਰਵਾਈ ਹੈ, ਉਹਨਾਂ ਕਲਾਸਿਸ ਨੂੰ ਜ਼ਰੂਰ ਵਿਜ਼ਿਟ ਕਰ ਲਓ, ਕਾਫੀ ਇੰਪੋਰਟੈਂਟ ਕੁਐਸਚਨ ਉਸ ਵਿੱਚ ਕਵਰ ਕੀਤੇ ਹੋਏ ਨੇ। ਐਂਡ ਦੋਸਤੋ, ਬੁੱਕ ਦੀ ਗੱਲ ਕਰੀਏ, ਬੁੱਕ ਦਾ ਲਿੰਕ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੰਦਾ, ਜਾਂ ਤਾਂ ਤੁਸੀਂ ਸਵਰਨ ਦੀ ਬੁੱਕ ਬਾਏ ਕਰ ਲਓ, ਲਗਭਗ ਸਾਰਾ ਹੀ ਸਿਲੇਬਸ ਚੰਗੀ ਤਰ੍ਹਾਂ ਕਵਰ ਹੈ। ਇੱਕ ਗੱਲ ਦਾ ਧਿਆਨ ਰੱਖੋ, ਲੇਟੈਸਟ ਐਡੀਸ਼ਨ ਦੀ ਬੁੱਕ ਤੁਸੀਂ ਬਾਏ ਕਰਨੀ ਹੈ, ਸ਼ਾਇਦ ਬੁੱਕ ਡਿਪੂ 'ਤੇ ਨਾ ਮਿਲੇ ਤਾਂ ਤੁਸੀਂ ਐਮਾਜ਼ਨ 'ਤੇ ਬਾਏ ਕਰ ਸਕਦੇ ਹੋ। ਇਸ ਬੁੱਕ ਦਾ ਲਿੰਕ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਦੇ ਦਿੱਤਾ ਹੈ, ਜੇ ਤੁਹਾਨੂੰ ਫਿੱਟ ਬੈਠੇ ਤਾਂ ਤੁਸੀਂ ਉੱਥੋਂ ਆਰਡਰ ਕਰ ਸਕਦੇ ਹੋ। ਐਂਡ ਕੈਸ਼ ਔਨ ਡਿਲੀਵਰੀ 'ਤੇ ਵੀ ਇਹ ਬੁੱਕ ਤੁਹਾਡੇ ਘਰ ਡਿਲੀਵਰ ਕਰ ਦਿੱਤੀ ਜਾਵੇਗੀ। ਬੁੱਕ ਪਰਚੇਜ਼ ਕਰ ਲਓ ਐਂਡ ਇਸ ਸਿਲੇਬਸ ਦੀ ਤਿਆਰੀ ਕਰਨਾ ਸਟਾਰਟ ਕਰ ਦਿਉ। ਲਗਭਗ ਜ਼ਿਆਦਾ ਨਹੀਂ ਚੇਂਜਸ ਹੋਣਗੇ, ਇਹ ਸ਼ੋਰ ਆ ਮੈਂ। 70% ਸਿਲੇਬਸ ਜਿਹੜਾ ਇਹ ਤੇਰੇ ਤੁਹਾਡੇ ਸਾਹਮਣੇ ਹੈ, ਇਹੀ ਬਿਲਕੁਲ ਸੇਮ ਟੂ ਸੇਮ ਟੋਪਿਕਸ ਰਿਗਾਰਡਿੰਗ ਕੁਐਸਚਨ ਐਗਜ਼ਾਮ ਵਿੱਚ ਪੁੱਛੇ ਜਾਣਗੇ, ਤਾਂ ਕਰਕੇ ਤਿਆਰੀ ਅੱਜ ਤੋਂ ਸਟਾਰਟ ਕਰ ਦਿਉ। ਐਂਡ ਜੇ ਇਸ ਦੇ ਰਿਗਾਰਡਿੰਗ ਕੋਈ ਵੀ ਟੋਪਿਕ ਦੇ ਰਿਗਾਰਡਿੰਗ ਕਲਾਸਿਸ ਚਾਹੀਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਐਂਡ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ।